ਪ੍ਰਭੂ ਸ਼੍ਰੀ ਰਾਮ ਦੇ ਬਰਾਤ ਵਿੱਚ ਸ਼ਿਰਕਤ ਕੀਤੀ ਹੈ, ਕੀ ਕਹਿਣਾ ਚਾਹੋਗੇ? ਬਿਲਕੁਲ, ਅੱਜ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਜੀ ਦੇ ਸ਼ੁਭ ਵਿਵਾਹ ਤੇ ਸਾਰੀਆਂ ਸੰਤਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅੱਜ ਆਮ ਆਦਮੀ ਪਾਰਟੀ ਦੀ ਸੰਗਠਨ ਦੀ ਸਾਰੀ ਟੀਮ ਨੇ ਆਸ਼ੀਰਵਾਦ ਲਿਆ ਭਗਵਾਨ ਰਾਮ ਜੀ ਦਾ, ਔਰ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਹੈ। ਸਮੂਹ ਸੰਤਾਂ ਜਿੰਨੇ ਵੀ ਇੱਥੇ ਸਾਰੇ ਸ਼ਰਧਾਲੂ ਆਏ ਨੇ ਰਾਮ ਵਿਵਾਹ 'ਚ ਸ਼ਾਮਿਲ ਹੋਣ ਵਾਸਤੇ, ਉਹਨਾਂ ਨੂੰ ਪਰਮਾਤਮਾ ਭਗਵਾਨ ਸ਼੍ਰੀ ਰਾਮ ਜੀ ਆਪਣਾ ਆਸ਼ੀਰਵਾਦ ਬਖਸ਼ਣ, ਔਰ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸਮੂਹ ਜਿੰਨੇ ਵੀ ਸ਼ਰਧਾਲੂਗਣ ਆਏ ਨੇ, ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕ। ਦੁਸਹਿਰਾ ਪੂਰੇ ਦੁਨੀਆਂ ਦੇ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ। ਇਹ ਇੱਕ ਬਹੁਤ ਵੱਡਾ ਤਿਉਹਾਰ ਆ, ਔਰ ਦੁਸਹਿਰੇ ਦੇ 10 ਦਿਨ ਭਗਵਾਨ ਰਾਮ ਦੀ ਲੀਲਾ ਜਿਹੜੀ ਆ ਉਹਦਾ ਮੰਚਨ ਹੁੰਦਾ ਆ। ਇੱਥੇ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਸ਼੍ਰੀ ਰਾਮਲੀਲਾ ਕਰਾਈ ਜਾਂਦੀ ਆ, ਔਰ ਦੁਸਹਿਰਾ ਉਤਸਵ ਮਨਾਇਆ ਜਾਂਦਾ। ਅੱਜ ਉਸ ਕੜੀ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਬਰਾਤ ਇੱਥੇ ਐਸਟੀ ਸਕੂਲ 'ਚੋਂ ਨਿਕਲਣ ਜਾ ਰਹੀ ਆ। ਪੂਰੇ ਸ਼ਹਿਰ 'ਚ ਇੱਕ ਐਸਾ ਮਾਹੌਲ ਆ, ਚਾਹੇ ਜਿੱਦਾਂ ਕਿਸੇ ਦੇ ਘਰ ਦਾ ਆਪਣੇ ਘਰ ਦਾ ਵਿਆਹ ਦਾ ਮਾਹੌਲ ਹੋਵੇ, ਔਰ ਲੋਕ ਬੜੇ ਚਾਅ ਦੇ ਨਾਲ ਖੁਸ਼ੀ ਨਾਲ ਛੋਟੇ ਬੱਚੇ ਲੇਡੀਜ਼ ਲੜਕੀਆਂ ਬਜ਼ੁਰਗ ਸਭ ਪਹੁੰਚੇ ਆ। ਉਹ ਬਹੁਤ ਖੁਸ਼ੀ ਦਾ ਦਿਨ ਆ, ਮੈਂ ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਇਸ ਖੁਸ਼ੀ ਦੇ ਮੌਕੇ 'ਤੇ। ਪ੍ਰਭੂ ਰਾਮ ਕਿਰਪਾ ਕਰ, ਸੁੱਖ ਸ਼ਾਂਤੀ ਬਣੀ ਰਹੇ, ਭਾਈਚਾਰਾ ਬਣਿਆ ਰਹੇ, ਦੇਸ਼ ਸਾਡਾ ਤਰੱਕੀ ਕਰਦਾ ਰਹੇ। ਭਗਵਾਨ ਸ਼੍ਰੀ ਰਾਮ ਜੀ ਨੇ ਸਮੇਂ ਜਿਸ ਤਰ੍ਹਾਂ ਦਾ ਰਾਜ ਸੀ ਉਸ ਤਰ੍ਹਾਂ ਦਾ ਰਾਜ ਆਵੇ, ਇਹ ਸਾਡੀ ਮਨੋਕਾਮਨਾ, ਇਹੀ ਸਾਡੀ ਸ਼ੁਭ ਇੱਛਾ। ਸ਼੍ਰੀ ਰਾਮ ਵਿਵਾਹ ਦੇ ਸ਼ੁਭ ਮੌਕੇ ਤੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਔਰ ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਅਸੀਂ ਅੱਜ ਇਸ ਬਰਾਤ ਦਾ ਹਿੱਸਾ ਬਣ ਰਹੇ ਹਾਂ। ਔਰ ਮੈਂ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਪ੍ਰਬੰਧਕ ਕਮੇਟੀ ਨੂੰ, ਕਪੂਰ ਸਾਹਿਬ ਨੂੰ, ਗੋਪੀ ਚੰਦ ਜੀ ਨੂੰ, ਔਰ ਸਾਡੇ ਸ਼ਿਵ ਸੂਤ ਜੀ ਨੂੰ, ਉਹਨਾਂ ਦੀ ਸਮੁੱਚੀ ਟੀਮ ਨੂੰ, ਕਿ ਜੋ ਐਡਾ ਵੱਡਾ ਪ੍ਰਬੰਧ ਹੈ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਬਿਹਤਰ ਤਰੀਕੇ ਦੇ ਨਾਲ ਕੀਤਾ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਸਾਰੇ ਸ਼ਹਿਰ ਨੂੰ ਮੁਬਾਰਕਬਾਦ। ਭਗਵਾਨ ਸ਼੍ਰੀ ਰਾਮ ਇਸੇ ਤਰ੍ਹਾਂ ਸਾਰਿਆਂ 'ਤੇ ਆਪਣੀ ਦਇਆ ਜਿਹੜੀ ਦਇਆ ਦ੍ਰਿਸ਼ਟੀ ਬਣਾਈ ਰੱਖਣ, ਔਰ ਸਾਰੇ ਚੜ੍ਹਦੀ ਕਲਾ 'ਚ ਰਹਿਣ। ਬਹੁਤ ਬਹੁਤ ਮੁਬਾਰਕ। ਅੱਜ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਬਰਾਤ ਜਿਹੜੀ ਹੈ ਉਹ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਜਦੋਂ ਤੋਂ ਅਸੀਂ ਹੋਸ਼ ਸਾਹਮਿਆ ਉਦੋਂ ਤੋਂ ਨਿਕਲਦੀ ਆ ਰਹੀ ਹੈ, ਔਰ ਸਾਰਾ ਸ਼ਹਿਰ ਜਿਹੜਾ ਬੜੇ ਹੀ ਹਰਸ਼ਾ ਪੂਰਵਕ ਬਹੁਤ ਖੁਸ਼ੀ ਦੇ ਨਾਲ ਇਕੱਠੇ ਹੋ ਕੇ ਸਾਰੇ ਸ਼ਹਿਰ ਦਾ ਹਰੇਕ ਵਰਗ ਜਿਹੜਾ ਇੱਥੇ ਆ ਕੇ ਅੱਜ ਸ਼ੋਭਾ ਯਾਤਰਾ ਸ਼ਾਮਿਲ ਹੁੰਦਾ, ਔਰ ਸ਼ੋਭਾ ਯਾਤਰਾ ਜਿਹੜੀ ਹੈ ਸ਼ਹਿਰ ਵਾਸੀ ਵੀ ਬਾਹਰ ਖੜ੍ਹੇ ਹੋ ਕੇ ਇਹਦਾ ਸਵਾਗਤ ਕਰਦੇ ਆ। ਤਾਂ ਮੈਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ, ਬਹੁਤ ਬਹੁਤ ਵਧਾਈ ਹੈ ਭਗਵਾਨ ਰਾਮ ਦੀ ਸ਼੍ਰੀ ਜਿਹੜੀ ਅੱਜ ਬਰਾਤ ਨਿਕਲੇਗੀ। ਸੋ ਉਸ ਲਈ ਸਾਰੇ ਬੜੇ ਵਧਾਈ ਦੇ ਪਾਤਰ ਹੈ ਸਾਰੇ। ਬਹੁਤ ਧੰਨਵਾਦ। ਜੈ ਸਿਆ ਰਾਮ। ਅੱਜ ਛੋਟੀ ਕਾਸ਼ੀ ਹੁਸ਼ਿਆਰਪੁਰ ਵਿਖੇ
ਦੁਸ਼ਹਿਰੇ ਦਾ ਪਰਵ ਜਿਹੜਾ ਚੱਲ ਰਿਹਾ, ਪ੍ਰਭੂ ਸ਼੍ਰੀ ਰਾਮ ਨੂੰ ਆਰਾਧੇ ਸਾਡੇ ਸਾਰਿਆਂ ਦੇ ਆ। ਔਰ ਅੱਜ ਦਾ ਜਿਹੜਾ ਇਹ ਰਾਮ ਬਲਾਦ ਦਾ ਪਰਵ ਆ, ਉਹ ਜਦੋਂ ਹੁਸ਼ਿਆਰਪੁਰ ਵਿੱਚ ਗੁਜ਼ਾਰ ਰਿਹਾ, ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੀ ਸਰਕਾਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਪ੍ਰਭੂ ਸ਼੍ਰੀ ਰਾਮ ਸਾਰਿਆਂ ਦੇ ਆਪਣਾ ਆਸ਼ੀਰਵਾਦ ਬਣਾਏ ਰੱਖਣ, ਮੇਰੇ ਦੇਸ਼ ਨੂੰ ਖੁਸ਼ਹਾਲ ਕਰਨ, ਮੇਰੇ ਦੇਸ਼ ਨੂੰ ਭਾਈਚਾਰਾ ਬਣਿਆ ਰਹੇ, ਔਰ ਸਭ ਨੇ ਆਪਣੀ ਕਿਰਪਾ ਰੱਖਦੇ ਹੋ, ਰਾਮ ਮਰਿਆਦਾ ਦੇ ਲੋਕਾਂ ਦਾ ਜੀਵਨ ਬਚਾਓ। ਇੱਕ ਵਾਰੀ ਫਿਰ ਮੇਰੇ ਵੱਲੋਂ ਸਾਰਿਆਂ ਨੂੰ ਰਾਮ ਬਲਾਦ। ਪਹਿਲਾਂ ਤਾਂ ਮੈਂ ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰਡ ਹੁਸ਼ਿਆਰਪੁਰ ਵੱਲੋਂ ਅੱਜ ਪ੍ਰਭੂ ਸ਼੍ਰੀ ਰਾਮ ਜੀ ਦੇ ਵਿਵਾਹ ਦੇ ਮਹੋਤਸਵ 'ਚ ਸਾਰੇ ਹੀ ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਪ੍ਰਾਂਗਣ 'ਚੋਂ ਪ੍ਰਭੂ ਸ਼੍ਰੀ ਰਾਮ ਜੀ ਦੀ ਬਰਾਤ ਸ਼ੁਰੂ ਹੋਣ ਜਾ ਰਹੀ ਹੈ, ਜੋ ਕਿ ਗਊਸ਼ਾਲਾ ਬਾਜ਼ਾਰ, ਖਾਨਪੁਰੀ ਗੇਟ, ਕਸ਼ਮੀਰੀ ਬਾਜ਼ਾਰ, ਘੰਟਾ ਘਰ, ਕੋਤਵਾਲੀ ਬਾਜ਼ਾਰ, ਕਮੇਟੀ ਬਾਜ਼ਾਰ ਹੁੰਦੇ ਹੋਏ ਸ਼ਕਤੀ ਮੰਦਿਰ ਪਹੁੰਚੇਗੀ, ਜਿੱਥੇ ਵਿਵਾਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਸੰਦਰਭ ਦੇ ਵਿੱਚ ਅੱਜ ਬਾਹਰ ਤੋਂ ਬੈਂਡ ਬਾਜੇ, ਤਰਾਸ਼ੇ, ਝਾਕੀਆਂ, ਅਦਭੁਤ ਨਜ਼ਾਰਾ ਹੋਏਗਾ ਪ੍ਰਭੂ ਸ਼੍ਰੀ ਰਾਮ ਜੀ ਦੀ ਬਰਾਤ 'ਚ, ਜੋ ਕਿ ਦੇਖਣ ਯੋਗ ਹੋਏਗਾ। ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ, ਬੇਨਤੀ ਕਰੂੰਗਾ ਕਿ ਇਸ ਸ਼ੋਭਾ ਯਾਤਰਾ 'ਚ ਸ਼ਾਮਲ ਹੋਵੋ, ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਜੈ ਸ਼੍ਰੀ ਰਾਮ।